ਸਟਾਰਟ। ਬੰਗਲਾਦੇਸ਼ ਵਿੱਚ ਫੈਲੀ ਵੱਡੀ ਗੜਬੜ ਤੋਂ ਬਾਅਦ ਅਵਾਮੀ ਲੀਗ ਪਾਰਟੀ ਦੀ ਆਗੂ ਸ਼ੇਖ ਹਸੀਨਾ ਨੇ ਇਸ ਸੋਮਵਾਰ 5 ਅਗਸਤ ਨੂੰ ਦੇਸ਼ ਛੱਡ ਦਿੱਤਾ ਸੀ ਅਤੇ ਉਹ ਭਾਰਤ ਆ ਗਈ ਸੀ ਡੰਡੀ। ਸ਼ੇਖ ਹਸੀਨਾ ਬੰਗਲਾਦੇਸ਼ ਦੇ ਬਾਨੀ ਮੁਜੀਬ ਉਰ ਰਹਿਮਾਨ ਦੀ ਬੇਟੀ ਹੈ। ਡੰਡੀ ਭਾਰਤ ਦੀ ਮਦਦ ਨਾਲ 1971 ਵਿੱਚ ਪੂਰਬੀ ਪਾਕਿਸਤਾਨ ਮੁਜੀਬ ਉਰ ਰਹਿਮਾਨ ਦੀ ਅਗਵਾਈ ਵਿੱਚ ਬੰਗਲਾਦੇਸ਼ ਬਣ ਗਿਆ ਸੀ ਡੰਡੀ। ਉਸ ਸਮੇਂ ਪਾਕਿਸਤਾਨ ਦੀ ਫੌਜ ਵੱਲੋਂ ਲੱਖਾਂ ਹੀ ਬੰਗਲਾ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਡੰਡੀ। ਮੁਜੀਬ ਉਰ ਰਹਿਮਾਨ ਅਤੇ ਉਸਦੇ ਪਰਿਵਾਰ ਨੂੰ ਬੰਗਲਾਦੇਸ਼ ਵਿੱਚ ਕੁਝ ਵਰ੍ਹਿਆਂ ਦੀ ਹਕੂਮਤ ਤੋਂ ਬਾਅਦ ਕੁਝ ਫੌਜੀ ਅਫਸਰਾਂ ਵੱਲੋਂ ਗੋਲੀਆਂ ਨਾਲ ਉੜਾ ਦਿੱਤਾ ਗਿਆ ਸੀ ਡੰਡੀ। ਸ਼ੇਖ ਹਸੀਨਾ ਅਤੇ ਉਸਦੀ ਭੈਣ ਸ਼ੇਖ ਰਿਹਾਨਾ ਵਿਦੇਸ਼ ਵਿੱਚ ਹੋਣ ਕਾਰਨ ਬਚ ਗਈਆਂ ਸਨ ਡੰਡੀ। ਉਸ ਤੋਂ ਬਾਅਦ ਬੰਗਲਾਦੇਸ਼ ਵਿੱਚ ਫੌਜੀ ਤਾਨਾਸ਼ਾਹ ਹਕੂਮਤ ਕਰਦੇ ਰਹੇ ਡੰਡੀ। 5 ਸਾਲ ਲਈ ਜਮਾਤ ਏ ਇਸਲਾਮੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇ ਹਕੂਮਤ ਚਲਾਈ ਡੰਡੀ। ਸ਼ੇਖ ਹਸੀਨਾ ਪਹਿਲੀ ਵਾਰ 1996 ਵਿੱਚ ਅਵਾਮੀ ਲੀਗ ਵੱਲੋਂ ਚੋਣ ਜਿੱਤ ਕੇ ਪ੍ਰਧਾਨ ਮੰਤਰੀ ਬਣੀ ਡੰਡੀ। ਹੁਣ ਉਹ ਪਿਛਲੇ 15 ਸਾਲਾਂ ਤੋਂ ਦੇਸ਼ ਦਾ ਪ੍ਰਸ਼ਾਸਨ ਚਲਾ ਰਹੀ ਸੀ ਡੰਡੀ। ਇਸੇ ਸਾਲ ਜਨਵਰੀ ਵਿੱਚ ਉਹ ਚੋਣਾਂ ਜਿੱਤ ਕੇ ਲਗਾਤਾਰ 4ੀ ਵਾਰ ਅਤੇ ਹੁਣ ਤੱਕ 5ਵੀਂ ਵਾਰ ਪ੍ਰਧਾਨ ਮੰਤਰੀ ਬਣੀ ਸੀ ਡੰਡੀ। ਇਸ ਸਮੇਂ ਵਿੱਚ ਹਸੀਨਾ ਆਪਣੇ ਵਿਰੋਧੀਆਂ ਨਾਲ ਬੇਹੱਦ ਸਖਤੀ ਨਾਲ ਪੇਸ਼ ਆਈ ਡੰਡੀ। ਸਟਾਰਟ। ਦੂਸਰੀਆਂ ਪਾਰਟੀਆਂ ਦੇ ਕਈ ਵੱਡੇ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੰਡੀ। ਉਸਨੇ ਹਰ ਤਰ੍ਹਾਂ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਡੰਡੀ। ਪਾਕਿਸਤਾਨ ਅਤੇ ਚੀਨ ਇਸ ਸਾਰੇ ਸਮੇਂ ਵਿੱਚ ਉਸਦੇ ਵਿਰੋਧੀ ਬਣੇ ਰਹੇ ਡੰਡੀ। ਅਮਰੀਕੀ ਸ਼ਾਸਨ ਵੀ ਕਈ ਮਸਲਿਆਂ ਨੂੰ ਲੈ ਕੇ ਉਸ ਨਾਲ ਨਾਰਾਜ਼ ਰਿਹਾ, ਪਰ ਹਸੀਨਾ ਨੇ ਇਸ ਸਮੇਂ ਦੌਰਾਨ ਭਾਰਤ ਨਾਲ ਪੂਰੀ ਮਿੱਤਰਤਾ ਨਿਭਾਈ ਡੰਡੀ। ਭਾਰਤ ਵੱਲੋਂ ਬੰਗਲਾਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਵੱਡੀ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਰਹੀ ਡੰਡੀ। ਦੋਵਾਂ ਦੇਸ਼ਾਂ ਦੇ ਹਰ ਤਰ੍ਹਾਂ ਨਾਲ ਗੂੜੇ ਰਿਸ਼ਤਿਆਂ ਦੇ ਨਾਲ ਨਾਲ ਆਪਸੀ ਵਪਾਰ ਵੀ ਉਚਾਈਆਂ ਨੂੰ ਛੂੰਹਦਾ ਰਿਹਾ ਡੰਡੀ। ਜੇਕਰ ਅੱਜ ਉਸਦੀ ਜਲਾਵਤਨੀ ਨੂੰ ਉਸਦੀਆਂ ਸਖਤ ਨੀਤੀਆਂ ਨਾਲ ਜੋੜਿਆ ਜਾਂਦਾ ਹੈ ਤਾਂ ਇਸਦੇ ਨਾਲ ਨਾਲ ਪਾਕਿਸਤਾਨੀ ਅਤੇ ਅਮਰੀਕੀ ਗੁਪਤ
ਏਜੰਸੀ ਉੱਤੇ ਵੀ ਇਸ ਰਾਜ ਪਲਟੇ ਸੰਬੰਧੀ ਦੋਸ਼ ਲੱਗ ਰਹੇ ਹਨ। ਡੰਡੀ, ਪਿਛਲੇ ਦਿਨਾਂ ਵਿੱਚ ਦੰਗਾਕਾਰੀਆਂ ਵੱਲੋਂ ਜਿਸ ਤਰ੍ਹਾਂ ਘੱਟ ਗਿਣਤੀਆਂ ਖਾਸ ਤੌਰ ਉੱਤੇ ਹਿੰਦੂਆਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਤਬਾਹ ਕੀਤਾ ਗਿਆ, ਉਸ ਦਾ ਭਾਰਤ ਦੀ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਡੰਡੀ, ਭਾਰਤ ਦੀ ਸਰਕਾਰ ਨੇ ਹਸੀਨਾ ਨੂੰ ਆਪਣੇ ਮੁਲਕ ਵਿੱਚ ਸ਼ਰਨ ਦਿੱਤੀ ਹੋਈ ਹੈ, ਪਰ ਇਸਦੇ ਨਾਲ ਹੀ ਚੀਨ ਅਤੇ ਪਾਕਿਸਤਾਨ ਦੀਆਂ ਬੰਗਲਾਦੇਸ਼ ਵਿੱਚ ਵਧੀਆਂ ਸਰਗਰਮੀਆਂ ਕਰਕੇ ਇਸ ਦਾ ਚਿੰਤਤ ਹੋਣਾ ਵੀ ਕੁਦਰਤੀ ਹੈ। ਡੰਡੀ, ਚੱਲਦੇ ਇਸ ਹਿੰਸਕ ਘਟਨਾ ਚੱਕਰ ਵਿੱਚ ਇੱਕ ਗੱਲ